ਮਿੱਤਰ ਪਿਆਰਿਓ ਕੀ ਹਾਲ ਹੈ ਤੁਹਾਡਾ ਗਰਮੀ ਪੂਰੀ ਕਰਾਦੀ ਯਾਰ ਤੁਸੀਂ ਇੰਨੀ ਗਰਮੀ ਇਮਿਊਨਿਟੀ ਬਹੁਤ ਜ਼ਿਆਦਾ ਯਾਰ ਹਾਈ ਆ ਠੀਕ ਆ ਨਾ ਕੋਈ ਹਵਾ ਨਹੀਂ ਚੱਲਦੀ ਬਿਮਾਰੀ ਦਾ ਘਾਰਾ ਫਸਲਾਂ ਜਿਹੜੀਆਂ ਪੂਰੀਆਂ ਹੋਣ ਫੰਗਸ ਤੇਲਾ ਤਾਂ ਚਲੋ ਠੰਡਕ ਦੇ ਵਿੱਚ ਪੈਂਦਾ ਤੇਲੇ ਦੀ ਕੋਈ ਅਜੇ ਟੈਨਸ਼ਨ ਨਹੀਂ ਹੈਗੀ ਸੁੰਡੀ ਤਾਂ ਬਹੁਤ ਜ਼ਿਆਦਾ ਪੈਂਦੀ ਹੈ ਇਹ ਜੇ ਮੌਸਮ ਦੇ ਵਿੱਚ ਮੀ ਵੀ ਨਹੀਂ ਕਹਿ ਸਕਦੇ ਆਪਾਂ ਕਿ ਮੀਂਹ ਆ ਜਵੇ ਜੇ ਮੀਂਹ ਆ ਗਿਆ ਤਾਂ 26 ਨਸਾਰਾ ਕਰ ਗਈ ਹਰੇਕ ਬੰਦੇ ਦੀ 29 ਵੈਰਾਈਟੀ ਉਹ ਨਸਾਰਾ ਕਰ ਗਈ 21 ਵੈਰਾਈਟੀ ਉਹ ਨਸਾਰਾ ਕਰ ਗਈ ਦਰਿਆ ਦਰਮਿਆਨੀਆਂ ਆ ਜਿਹੜੀਆਂ ਪਛੇਤੀਆਂ ਵੈਰਾਈਟੀਆਂ ਠੀਕ ਆ ਜਿਹੜੀਆਂ ਗੇਤੀਆਂ ਲਾਈਆਂ ਵੀ ਅਗਲੇ ਨੇ ਪਛੇਤੀਆਂ ਵੈਰਾਈਟੀਆਂ ਗੇਤੀਆਂ ਲਾਈਆਂ ਵੀ ਆ ਉਹ ਸਾਰੀਆਂ ਨਸਾਰਾ ਕਰ ਗਈਆਂ ਜਿਹੜੀਆਂ ਲੌਂਗ ਟਰਮ ਵਾਲੀਆਂ ਹਨਾ ਜਿਹੜੀਆਂ 160 ਦਿਨ ਲੰਨੀ ਹੈ ਪਨੀਰੀ ਦੇ ਬੀਜੇ ਦੇ ਬਾਅਦ ਉਹ ਵੈਰਾਈਟੀਆਂ ਹਜੇ ਖੜੀਆਂ ਐ ਇਹਨੂੰ ਮੈਂ ਛੋਟੀਆਂ ਕਹਿੰਦਾ ਹਾਂ ਨਾ ਛੋਟੀਆਂ ਖੜੀਆਂ ਹਜੇ ਇਹ ਦੁਈਆਂ ਆਪਣੀਆਂ ਭਾਈ ਨਸਾਰੇ ਵੱਲ ਵੱਧ ਚੁੱਕੀਆਂ ਜਾਂ 26 ਤਾਂ ਪੂਰੀ ਲੱਗ ਗਈ ਨਸਾਰਾ ਕਰਨ ਆਪਾਂ ਮੀਂਹ ਪੈ ਗਿਆ ਤਾਂ ਹਵਾ ਚੱਲ ਗਈ ਖਰਾਬਾ ਬਹੁਤ ਹੋ ਜਾਣਾ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਮੀਂਹ ਪਵਾ ਦिए ਠੀਕ ਹੈ ਨਾ ਹੂੰ ਜੋ ਪਰਮਾਤਮਾ ਨੇ ਕਰਾਉਣਾ ਕਰੇ ਕਰਾਵੇ ਆਪੇ ਆਪ ਉਹਨੇ ਆਪੇ ਕਰਨਾ ਹੈ ਬੰਦੇ ਦੇ ਹੱਥpass ਹੋਵੇ ਬੰਦਾ ਬਹੁਤ ਕੁਝ ਕਰ ਲਵੇ ਧਰਵਾਤ ਹੈ ਠੀਕ ਹੈ ਨਾ ਫੋਰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਖੁਸ਼ ਰਿਹਾ ਕਰੋ ਠੀਕ ਆ ਚੁਗਲੀਆਂ ਚਗਲੀਆਂ ਥੋੜੀਆਂ ਘੱਟ ਕਰੇ ਕਰੋ ਮੈਂ ਤਾਂ ਆਪ ਘਟਾਈਆਂ ਵੀ ਆ ਬਾਈ ਮੈਂ ਤਾਂ ਆਪ ਮੈਂ ਸੱਚੀ ਗੱਲ ਆ ਮੂਸੇ ਵਾਲੇ ਦੇ ਮਾ ਕਹਨਾ ਨਾ ਮੈਂ ਹੋਰ ਕਿਸੇ ਨਾਲ ਵਰਤਦਾ ਮੇਰਾ ਰੱਬ ਨਾਲ ਕਾਰੋਬਾਰ ਮੇਰੀ ਵਿੱਚ ਸਲਾਖਾਂ ਜ਼ਿੰਦਗੀ ਠੀਕ ਆ ਤਾਂ ਕਰਕੇ ਕਿਸੇ ਦਾ ਆਪਾਂ ਨੂੰ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਆਪਾਂ ਨੂੰ ਕੋਈ ਬੰਦਾ ਕਹਿੰਦੀ ਨਹੀਂ ਹੈਗਾ ਇਹਦਾ ਬਹੁਤ ਵਧੀਆ ਚੀਜ਼ ਆ ਹਨਾ ਆਪਾਂ ਨੂੰ ਕੋਈ ਕਹਿੰਦੀ ਨਹੀਂ ਹੈਗਾ ਦੱਸਾਂ ਕਾਤੇ ਨਹੀਂ ਕਹਿੰਦਾ ਕਿਉਂਕਿ ਮੈਂ ਕਿਸੇ ਨੂੰ ਖੜਦਾ ਹੀ ਨਹੀਂ ਕਹੂਗਾ ਕਹੂਗਾ ਤਾਂ ਹੀ ਬੰਦਾ ਜੇ ਆਪਾਂ ਕਿਸੇ ਨੂੰ ਖੜੂਗੇ ਕਿਸੇ ਨਾਲ ਵਰਤੂਗੇ ਕਿਹਦਾ ਮਾੜਾ ਕਰੂਗੇ ਹਾਂ ਮਾੜਾ ਕਰੂਗੇ ਨਾ ਕਰੇ ਕਰੋ ਠੀਕ ਆ ਨਾ ਸਾਰੇ ਲੇਖੇ ਜੋਖੇ ਉਰੀਓ ਆ ਫਿਰ ਬੰਦਾ ਕਹਿੰਦਾ ਯਾਰ ਮੈਂ ਤਾਂ ਕਿਸੇ ਦਾ ਕੁਕਰਿਆ ਨਹੀਂ ਮੇਰੇ ਨਗਾ ਤੇ ਮਾੜਾ ਹੋ ਰਿਹਾ ਬਾਈ ਤੁਸੀਂ ਕਰਦੇ ਆ ਤਾਂ ਹੋ ਰਿਹਾ ਠੀਕ ਹੈ ਨਾ ਕਦੇ ਧਿਆਨ ਨਾਲ ਸੋਚਿਓ ਕਿ ਅਸੀਂ ਕਰਿਆ ਵਾ ਕਿਆ ਮਾੜਾ ਨਾ ਬਹੁਤ ਵਧੀਆ ਜ਼ਿੰਦਗੀ ਚੱਲਦੀ ਆ ਮੋਟਰ ਤੇ ਬੈਠੇ ਆ ਗੱਡੀਆਂ ਲੰਘ ਰਹੀਆਂ ਤਾਂ ਗੱਡੀਆਂ ਗਿਣਦੇ ਆ ਠੀਕ ਹੈ ਇੰਨਾ ਜ਼ਿਆਦਾ ਲਾਈਫ ਸਟਾਈਲ ਵਧੀਆ ਹੋਇਆ ਮੈਂ ਕਦੇ ਮੋੜਦਿਆਂ ਲੱਗਣ ਲੱਗ ਜੰਨੇ ਆ ਹੁਣ ਕਿਹਦੇ ਦਿਨ ਜਿਆਦਾ ਵਿਲੇ ਹੋ ਗਏ ਹੁਣ ਸਾਡੀ ਸੜਕਾ ਜਿਹੜੀ ਚੌੜੀ ਹੋ ਰਹੀ ਆ ਚੰਨੀ ਬਾਈ ਦਾ ਧੰਨਵਾਦ ਪਤਾ ਨਹੀਂ ਚੰਨੀ ਬਾਈ ਕਿੱਧਰ ਚਲੇ ਗਿਆ ਕੈਨੇਡਾ ਗਿਆ કે ਅਮਰੀਕਾ ਗਿਆ ਇੰਨਾ ਪਤਾ ਨਹੀਂ ਹੈਗਾ ਉਹ ਸਾਡੇ ਲਈ ਸਿਆਪਾ ਪਾ ਗਿਆ ਆ ਪਾਰ ਗਿਆ ਵਿਚਾਰਾ ਉਹ ਭੈ ਜੇ ਸੜਕੇ ਨਹੀਂ ਬਣਾਈਏ ਇਹਨੇ ਉਹ ਸੜਕ ਤਾਂ ਬਣਾ ਦੋ ਓਏ ਪਤੰਦਰੋ ਉਹ ਨਵੇਂ ਉਹ ਨਵੇਂ ਆਏ ਆ ਜਿਹੜੇ ਤੁਸੀਂ ਸਾਡੇ ਰੋੜੇ ਵੱਜਦੇ ਆ ਭੈ ਜੋ ਉਹਦੇ ਮੋਟਰਸਾਈਕਲ ਕਦੇ ਉਧਰ ਜਾਂਦਾ ਕਦੇ ਉਧਰ ਜਾਂਦਾ ਠੀਕ ਆ ਲੋਕ ਫਿਰ ਵੀ ਆਪਨੂੰ ਘੁੰਮ ਘੁੰਮ ਕੇ ਜਾਂਣਾ ਕੋਈ ਟੈਂਪੂ ਨਹੀਂ ਆਉਂਦਾ ਸਾਡੇ ਪਿੰਡ ਰਿਸ਼ਤੇਦਾਰ ਵੀ ਨਹੀਂ ਆਉਣ ਤੇ हट ਕੇ ਰਿਸ਼ਤੇਦਾਰ ਐ ਲੰਗਾ ਸੱਟ ਵੱਜੂਗੀ ਸਾਡੇ ਠੀਕ ਹੈ ਨਾ ਤਾਂ ਕਰਕੇ ਤੁਸੀਂ ਭਾਈ ਰੂਲਰੇ ਫੇਰ ਦੋ ਪਾਣੀ ਛੱਡ ਕੇ ਟੋਬੇ ਵਾਲਾ ਇੱਤ ਤਾਲੇ ਅੱਜ ਫੇਰ ਤਾਂ ਉੱਤਰ ਫੇਰ ਤਾਂ ਇੱਤ ਸ਼ੁਕਰ ਆਓ ਸ਼ੁਕਰ ਨਾ ਜਾਣਾ ਉਹ ਕਹਿੰਦੇ ਸਾਈਕ ਮੋੜ ਵਾਲ ਦੇ ਸਾਈਕਾ ਉਹ ਪਾੜ ਦਨੇ ਤੇ ਟਾਇਰ ਮੇਰੇ ਘਰ ਤੇ ਗਾਂ ਤੱਕ ਫੇਰਦਾ ਹੂੰ ਆਗਾ ਉਹ ਕਿਹੜਾ ਹੀ ਸੋਣਾ ਹੁੰਦਾ ਸੜਾ ਉਹ ਵੀ ਹਰ ਨੂੰ ਕਹਿਣਾ ਵੀ ਆ ਘੜ ਚੱਕ ਪੈਸੇ ਬੋਤਲ ਇਹ ਗਿਆ ਫੈਲ ਗਿਆ ਹਮ ਬੜ ਦਾ ਜਾ ਅਨ ਯਾਰ ਮੈਂ ਤਾਂ ਇਹੀ ਤੁਹਾਨੂੰ ਸਭ ਨੂੰ ਸਲਾਹ ਦਊਂਗਾ ਕਿ ਯਾਰ ਦਰੂ ਦਰੂ ਨਾ ਪੀਏ ਕਰੋ ਇਹ ਬਹੁਤ ਮਾੜੀ ਚੀਜ਼ ਆ ਇਹ ਕੋਈ ਪੀਣ ਵਾਲੀ ਚੀਜ਼ ਨਹੀਂ ਹੈਗੀ ਪੀਣ ਵਾਲੇ ਤੁਸੀਂ ਹਨਾ ਜੂਸ ਪੀ ਲਓ ਫਰੂਟ ਖਾ ਲਓ ਹਨਾ ਅਟੂ ਵਾਲਾ ਹੌਲੀ ਇਹਨੂੰ ਮੜੇ ਪੁੱਛ ਕਿ ਤੂੰ ਭਾਈ ਇਹ ਨਹੀਂ ਹੌਲੀ ਕਹਿੰਦਾ ਚੱਲਦੇ ਇਹ ਰੋੜਿਆਂ ਦੀ ਕਲਾ ਮਾਦਾ ਠੀਕ ਹੈ ਨਾ ਸਹੀ ਗੱਲ ਆ ਵਧੀਆ ਚੱਲੋ ਇਹਨਾਂ ਲਿਮਟ ਦੇ ਵਿੱਚ ਰਹਿੰਦਾ ਐਕਸੀਡੈਂਟ ਨਹੀਂ ਹੁੰਦਾ ਗਿਰਦਾ ਹੀ ਆ ਬੰਦਾ ਐਕਸੀਡੈਂਟ ਨਹੀਂ ਹੁੰਦਾ ਸਾਮੋ ਸਾਹਮਣੇ ਟੱਕਰ ਨਹੀਂ ਹੁੰਦੀ ਠੀਕ ਆ ਨਾ ਇਹ ਬਾਈ ਨਸ਼ੇ ਨੁਸ਼ੇ ਕਰਨੇ ਛੱਡ ਦਿਓ ਦਾਣੂਆਂ ਦੂਰੋਂ ਨਾ ਪੀਏ ਕਰੋ ਇਹ ਤਾਂ ਬਹੁਤ ਹਾਨੀਕਾਰਕ ਚੀਜ਼ਾਂ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਬਾਕੀ ਹੋਟਲੇ ਸਿਕਲ ਆ ਗਿਆ ਆ ਗਿਆ ਬੰਦਾ ਖੁਸ਼ ਰਹਿਣਾ ਚਾਹੀਦਾ ਯਾਰ, ਕਿਆ ਲੈ ਜਾਣਾ ਰੱਤੇ। ਦਿਲ ਹੋਣਾ ਚਾਹੀਦਾ ਜਵਾਨ। ਉਹ ਆ ਤਾਂ ਮੈਂ ਗੱਲ ਕਹੀ ਹੋਣੀ ਹੈ ਕਿ ਮੈਂ ਕਿਹਾ ਖੁਸ਼ ਹੋਣਾ ਚਾਹੀਦਾ, ਤੂੰ ਦਾ ਦਿਲ ਹੋਣਾ ਚਾਹੀਦਾ ਚਾਹੀਦਾ ਜਵਾਨ। ਇਹ ਤਾਂ ਗੱਲ ਹੈ ਥਿਊਰੀ ਆ ਬੰਦੇ ਨੂੰ ਖਰਾਕ ਵਧੀਆ ਚੰਕੀ ਮਿਲੀ ਜਾਵੇ ਹੈਨਾ ਨੇਚਰਲ ਤਾਂ ਬੰਦਾ ਕਦੇ ਬੁੜਾ ਨਹੀਂ ਹੋ ਸਕਦਾ ਨਾ ਘੋੜਾ ਹੋ ਸਕਦਾ। ਨਹੀਂ ਹੈ ਜੀ ਨਹੀਂ ਪਾਉਣੀ ਯਾਰ। ਕਿਆ ਲੋੜ ਆ। ਅਰੇ ਭਾਈ ਨਾ। ਇੰਜਵਾਇ ਕਰ। ਅਰੇ ਦਨੇ ਦਦਾ ਬਹੁਤ ਪੜਕੀਦਾ ਬਗੈ। ਨਾ ਕਰੇ ਕਰੋ ਇਦਾਂ ਯਾਰ ਨਾ ਪੀਏ ਕਰੋ ਜ਼ਿੰਦਗੀਆਂ ਖਰਾਬ ਹੋਣੀਆਂ ਕੋਈ ਫਾਇਦਾ ਨਹੀਂ ਹੈ ਕਿ ਕਹਿੰਦਾ ਬਰਬਾਦੀ ਹੁੰਦੀ ਹੈ ਯਾਰ ਨਾ ਪੀਏ ਤਾਂ ਹੀ ਗੱਲ ਕਹਿੰਦਾ ਕਿ ਬਾਈ ਬੰਦੇ ਨੂੰ ਦੂਰ ਦੂਰ ਨਹੀਂ ਪੀਣੀ ਚਾਹੀਦੀ ਮੈਂ ਤਾਂ ਕਹਿੰਦਾ ਕਿਉਂਕਿ ਇਹਦੇ ਨੁਕਸਾਨੇ ਨੁਕਸਾਨਾ ਕੋਈ ਫਾਇਦਾ ਨਹੀਂ ਹੈਗਾ ਅੱਗੇ ਮੈਂ ਕਦੇ ਕਦਾਈ ਹਨਾ ਲਾਲਾਂ ਦਾ ਤਾਂ ਹੁਣ ਮੈਂ ਹੋਰ ਘੇ ਪਾਤਾ ਮੈਂ ਤਕਰੀਬਨ ਮਹੀਨੇ 2 ਮਹੀਨੇ ਬਾਅਦ ਕਦੇ ਪੀ ਲਈ ਤਾਂ ਠੀਕ ਹੈ ਨਹੀਂ ਨਾ ਸਹੀ ਕਿਉਂਕਿ ਜੇ ਮੈਂ ਪੀ ਲੈਣਾ ਨਾ ਮੇਰੇ ਚ ਇੱਕ ਖਰਨਾਇਕ ਰੂਪ ਆ ਜਾਂਦਾ ਮੈਂ ਲੜਨ ਲੱਗ ਜਾਂਦਾ ਬਹੁਤ ਮੈਂ ਗਾਲਾਂ ਪਾਉ ਕੱਢਦਾ ਯਾਰ ਪਤਾ ਨਹੀਂ ਕੀ ਗੱਲ ਹੋ ਗਈ ਮੈਨੂੰ ਲੋਕਾਂ ਨੇ ਪਤਾ ਨਹੀਂ ਇੰਨਾ ਤੰਗ ਕਰਿਆ ਤਾਂ ਕਰਕੇ ਮੈਂ ਅੱਗੇ ਸੋਚਦਾ ਹੁੰਦਾ ਸਾਡਾ ਰਿਸ਼ਤੇਦਾਰ ਹੈ ਇੱਕ ਹਨਾ ਉਹ ਐਕਣੀ ਹੈ ਨਾ ਉਹ दारू ਪੀ ਕੇ ਉਹ ਕਾਫੀ ਹੈ ਨਾ ਅਟਰੈਕਟਿਵ ਹੋ ਜਾਂਦਾ ਉਹ ਭਿਆਨਕ ਰੂਪ ਆ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਮੈਂ ਕਿਹਦੇ ਨਾਲ ਲੜਨਾ ਕਿਹਦੇ ਨਾਲ ਉਹ ਕਰਨਾ ਉਹ ਲੜਦਾ ਏ ਬੰਦਾ ਉਹ ਜਿਹੜੇ दारू ਪੀ ਕੇ ਨਾ ਠੋਡੀਆਂ ਅੰਦਰ ਲੀਆਂ ਗੱਲਾਂ ਦਵੀਆਂ ਹੋਈਆਂ ਉਹ ਬਾਹਰ ਆਉਣ ਲੱਗ ਜਾਨੀਆਂ ਕਿ ਫਲਾਣੇ ਬੰਦੇ ਨੂੰ ਮੈਨੂੰ ਐ ਕਿਹਾ ਤਾਂ ਫਲਾਣੇ ਨੇ ਐ ਕਿਹਾ ਤਾਂ ਕਰਕੇ ਮੈਂ ਪੀਣੀ ਛੱਡ ਗਿਆ ਜਮੇ ਮੈਂ ਪਹੁ ਪੀਣੀ ਹੋ ਨਹੀਂ ਹੈਗੀ ਯਾਰ ਖਤਮ ਗਾਹ ਜਾ ਕੇ ਬਾਬਾ ਸੁੱਖ ਰੱਖੇ ਆਪਾਂ ਅਮਰਤ ਛਕ ਲੈਣਾ ਠੀਕ ਹੈ ਗਿਆਨੀ ਧੈਨੀ ਬਣ ਜਾਣਾ ਚਲੋ ਗਿਆਨੀ ਧੈਨੀ ਤਾਂ ਹੁਣ ਵੀ ਆ 9:00 ਵਜੇ ਖਾਣਾ ਹੋਰ ਤਾਂ ਸਾਰੇ ਪੂਰੇ ਆ ਆਪਣੇ ਗਿਆਨੀ ਵਾਲੇ ਹੋਵਾਂ ਨਾ ਕਰੇ ਕਰੋ ਇਦਾਂ ਦਾ ਕੰਮ ਯਾਰ ਮੈਂ ਦੇਖਿਆ ਜਿੰਦਗੀਆਂ ਬਰਬਾਦ ਹੁੰਦੀਆਂ ਦੇਖੀਆਂ ਠੀਕ ਹੈ ਮਜ਼ਾਕ ਕਰਦਾ ਤਾਂ ਧੰਨਵਾਦ ਜੀ ਸਸਰੀ ਘਰ ਸਾਰਿਆਂ ਦਾ